ਦੁਕਾਨਦਾਰ ਤੋਂ ਟੁੱਟੀ ਜੁੱਤੀ ਬਦਲਵਾਉਣ ਆਈ ਔਰਤ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸਦੇ ਨਾਲ ਕੀ ਹੋਣ ਵਾਲਾ ਹੈ। ਦੁਕਾਨਦਾਰ ਨੇ ਗੁੱਸੇ 'ਚ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਬਾਜ਼ਾਰ ਦੇ ਵਿੱਚ ਹੀ ਉਸਨੂੰ ਪਹਿਲਾਂ ਗਾਲਾਂ ਕੱਢੀਆਂ ਤੇ ਫਿਰ ਬਾਂਹ ਮਰੋੜਨ ਲੱਗਾ। ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼੍ਰੀ ਵਾਲਮੀਕਿ ਚੌਕ ਨੇੜੇ ਬੂਟਾਂ ਦੀ ਦੁਕਾਨ ਤੇ ਗਾਹਕਾਂ ਤੇ ਦੁਕਾਨਦਾਰ ਨੇ ਗੁੱਸੇ 'ਚ ਆ ਕੇ ਪਤੀ ਪਤਨੀ ਦੇ ਨਾਲ ਕੁੱਟਮਾਰ ਕਰ ਦਿੱਤੀ। ਥਾਣਾ 4 ਦੀ ਪੁਲਿਸ ਨੇ ਦੁਕਾਨਦਾਰ ਖਿਲਾਫ ਮਾਮਲਾ ਦਰਜ ਕਰ ਲਿਆ। ਹੁਣ ਇਹ ਮਾਮਲੇ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਪੀੜਿਤ ਜੋੜੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਵੀਡੀਓ ਵੀ ਦਿਖਾਈ ਗਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨਦਾਰ ਦਿਲਪ੍ਰੀਤ ਸਿੰਘ ਔਰਤ ਨਾਲ ਦੁਰਵਿਵਹਾਰ ਕਰਦਾ ਹੈ। ਗਾਲਾਂ ਕੱਢਦਾ ਹੋਇਆ ਪਹਿਲਾਂ ਉਸਦੀ ਬਾਂਹ ਫੜ ਕੇ ਉਸਦੀ ਕੁੱਟਮਾਰ ਕਰਦਾ ਹੈ। ਇਸ ਦੌਰਾਨ ਹੋਰ ਲੋਕ ਵੀ ਦੁਕਾਨ ਤੇ ਗਏ। ਬਾਜ਼ਾਰ ਦੇ ਵਿੱਚ ਹੀ ਖੂਬ ਹੰਗਾਮਾ ਹੋਇਆ। ਦੁਕਾਨਦਾਰ ਨੇ ਦਿਲਪ੍ਰੀਤ ਦਾ ਕਹਿਣਾ ਹੈ ਕਿ ਉਸਨੇ ਬਾਂਹ ਨਹੀਂ ਮਰੋੜੀ, ਸਗੋਂ ਔਰਤ ਨੇ ਉਸਦਾ ਗੁੱਟ ਫੜਿਆ ਹੋਇਆ ਹੈ। ਉਸਦਾ ਪਿੱਛਾ ਵੀ ਕੀਤਾ ਗਿਆ ਸੀ। ਉਧਰ ਦੂਜੀ ਧਿਰ ਕਾਲਾ ਸਿੰਘ ਰੋਡ ਦੇ ਵਸਨੀਕ ਮਹਿਤਾਬ ਅਤੇ ਸਰਹਦਾਰ ਅਹਿਮਦ ਨੇ ਦੁਕਾਨਦਾਰ ਤੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ ਉਹ ਟੁੱਟੀ ਹੋਈ ਜੁੱਤੀ ਬਦਲਵਾਉਣ ਦੇ ਲਈ ਦੁਕਾਨ ਤੇ ਗਏ ਸਨ, ਜਿੱਥੇ ਪਹਿਲਾਂ ਤਾਂ ਦੁਕਾਨਦਾਰ ਨੇ ਪਤੀ ਪਤਨੀ ਨੂੰ ਗਾਲਾਂ ਕੱਢੀਆਂ ਤੇ ਫਿਰ ਉਹਨਾਂ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਦਿਲਪ੍ਰੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਨਾਮਜ਼ਦ ਦਿਲਪ੍ਰੀਤ ਨੇ ਦੱਸਿਆ ਕਿ ਉਸਦੇ ਭਰਾ ਪਵਨਜੋਤ ਦੀ ਜੁੱਤੀਆਂ ਦੀ ਦੁਕਾਨ ਹੈ। ਉਸ ਦਿਨ ਜਦੋਂ ਉਹ ਕਿਸੇ ਕੰਮ ਲਈ ਬਾਜ਼ਾਰ ਗਿਆ ਹੋਇਆ ਸੀ ਤਾਂ ਦਿਲਪ੍ਰੀਤ ਦੁਕਾਨ ਤੇ ਬੈਠਾ ਸੀ, ਜਿੱਥੇ ਉਕਤ ਔਰਤ ਕਾਫ਼ੀ ਸਮਾਂ ਪਹਿਲਾਂ ਖਰੀਦੀ ਜੁੱਤੀ ਨੂੰ ਬਦਲਣ ਲਈ ਆਈ ਸੀ ਜੋ ਟੁੱਟੀ ਹੋਈ ਸੀ। ਦੁਕਾਨਦਾਰ ਨੇ ਟੁੱਟੀ ਹੋਈ ਜੁੱਤੀ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੁਕਾਨਦਾਰ ਤੇ ਔਰਤ ਆਪਸ ਦੇ ਵਿੱਚ ਲੜ ਪਏ। ਉਸਨੇ ਦੱਸਿਆ ਕਿ ਉਸਨੇ ਔਰਤ ਨੂੰ ਸ਼ਾਂਤੀ ਦੇ ਨਾਲ ਸਮਝਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਵਾਰ ਵਾਰ ਲੜਦੀ ਰਹੀ। ਇਸ ਦੌਰਾਨ ਜਦੋਂ ਉਕਤ ਔਰਤ ਨੇ ਉਸਦੀ ਦਾੜੀ ਨੂੰ ਹੱਥ ਲਾਇਆ ਤਾਂ ਉਸਦੇ ਪਤੀ ਨੇ ਪਿੱਛੇ ਤੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ ਉਸਨੇ ਆਪਣੇ ਬਚਾਅ ਦੇ ਵਿੱਚ ਉਸਦਾ ਵਿਰੋਧ ਕੀਤਾ ਸੀ। ਵੀਡੀਓ 'ਚ ਕੀ ਕੁਝ ਹੈ ਤੁਸੀਂ ਵੀ ਇੱਕ ਵਾਰ ਦੇਖ ਲਓ।